ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਹਾਂ ਤੁਹਾਡਾ ਸਾਡੇ YouTube ਚੈਨਲ ਡੀ ਇਨਫਰਟੇਨਮੈਂਟ ਲਾਈਵ ਤੇ। ਜਿਹੜੇ ਜਿਹੜੇ ਸੱਜਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਸਬਸਕ੍ਰਾਈਬ ਕਰ ਲੈਣ, ਤੇ ਜੇ ਤੁਸੀਂ ਇਹੀ ਵੀਡੀਓ Facebook ਤੇ ਦੇਖਦੇ ਹੋ ਤਾਂ ਆਪਣਾ Facebook ਦਾ ਪੇਜ ਹੈ ਉਹਨੂੰ ਵੀ ਫੋਲੋ ਕਰ ਲਓ, ਤੇ ਡੀ ਇਨਫਰਟੇਨਮੈਂਟ ਦਾ ਜਿਹੜਾ Instagram ਦਾ ਪੇਜ ਹੈ ਉਹਨੂੰ ਵੀ ਲਾਈਕ ਕਰ ਲਓ। ਸੋ ਇਹ ਵੀਡੀਓ ਸਾਰੇ ਆਪਣੇ ਜਿੰਨੇ ਵੀ ਸੋਸ਼ਲ ਮੀਡੀਆ ਪਲੇਟਫਾਰਮਸ ਨੇ ਉਹਨਾਂ ਤੇ ਚੱਲਣੀ ਹੈ। ਸੋ ਅੱਜ ਦੀ ਜਿਹੜੀ ਵੀਡੀਓ ਹੈ ਇਹ ਮੈਨੂੰ ਐਂ ਲੱਗਦਾ ਵੀ ਅੱਜ ਤੱਕ ਦੀ ਸਭ ਤੋਂ ਖਾਸ ਵੀਡੀਓ ਹੈ। ਇਹ ਜਿਹੜਾ ਅੱਜ ਤੱਕ ਰੌਲਾ ਚੱਲਦਾ ਆ ਰਿਹਾ, ਜਿਹਦੇ ਵੀ ਮੂੰਹੋਂ ਸੁਣ ਲਾਂ, ਜਿਹੜੇ ਤਾਂ ਸਵਰਾਜ ਚਲਾਉਂਦੇ ਨੇ ਉਹ ਤਾਂ ਇਹ ਗੱਲ ਨਹੀਂ ਕਹਿੰਦੇ, ਜਿਹੜੇ ਦੂਜੇ ਲੋਕ ਨੇ ਮੇਰਾ ਖਿਆਲ ਆ ਵੀ ਹੈਗੇ 30-40% ਕਿਸਾਨ ਵੀਰ ਜਿਨ੍ਹਾਂ ਨੂੰ ਇਹੀ ਭਰਮ ਨੇ ਮਾਰ ਲਿਆ ਕਿ ਸਵਰਾਜ ਮਹਿੰਦਰਾ ਦੀ ਕਾਪੀ ਆ, ਸਵਰਾਜ ਮਹਿੰਦਰਾ ਦੀ ਕਾਪੀ ਆ, ਇਹ ਤਾਂ ਸਵਰਾਜ ਨੇ ਲੈ ਲਈ, ਇਹ ਹੋ ਗਿਆ ਵੋ ਹੋ ਗਿਆ। ਪਹਿਲੀ ਗੱਲ ਆ, ਜੇ ਗਵਰਨਮੈਂਟ ਦੀ ਕੰਪਨੀ ਸੀ ਇਹ ਇਕੱਲੀ ਇਹ ਨਹੀਂ ਲਈ, HMT ਵੀ ਲੈ ਲਈ, HMT ਚਲੋ ਮੰਨ ਲਓ ਸੋਰੀ HMT ਫੇਲ ਹੋ ਗਈ ਲਾ ਲਓ, ਇਹ ਗਵਰਨਮੈਂਟ ਦੀ ਕੰਪਨੀ ਸੀ ਗਵਰਨਮੈਂਟ ਤੋਂ ਨਹੀਂ ਚੱਲੀ, ਇਹਨਾਂ ਨੇ ਪ੍ਰਾਈਵੇਟ ਹੱਥਾਂ 'ਚ ਦੇਤੀ। ਏਅਰ ਇੰਡੀਆ ਸੀ, ਇੱਡੀ ਵੱਡੀ ਏਅਰਲਾਈਨ ਉਹ ਨਹੀਂ ਚੱਲੀ, ਪ੍ਰਾਈਵੇਟ ਹੱਥਾਂ 'ਚ ਦੇਤੀ। ਬਹੁਤ ਕੰਪਨੀਆਂ ਨੇ ਗਵਰਨਮੈਂਟ ਦੀਆਂ, ਗਵਰਨਮੈਂਟ ਦੇ ਸਰਕਾਰੀ ਕੰਮਾਂ 'ਚ ਉਹਨਾਂ ਧਿਆਨ ਨਹੀਂ ਦਿੱਤਾ ਜਾਂਦਾ, ਅੱਗੇ ਅਗਲਾ ਦੇ ਦਿੰਦਾ। ਇਹ ਕੋਈ ਪਹਿਲੀ ਗੱਲ ਹੈ, ਕੋਈ ਬਹੁਤਾ ਵੱਡਾ ਇਸ਼ੂ। ਅਗਲੀ ਗੱਲ, ਅੱਜ ਆਪਾਂ ਤੁਹਾਨੂੰ ਦੱਸਣਾ ਵੀ ਸਵਰਾਜ ਔਰ ਮਹਿੰਦਰਾ ਦੇ ਵਿੱਚ ਕਿੰਨੇ ਫਰਕ ਨੇ। ਸਵਰਾਜ ਤੇ ਮਹਿੰਦਰਾ ਦਾ ਮਾਲਕ ਬੇਸ਼ੱਕ ਇੱਕ ਆ, ਪਰ ਇਹਨਾਂ ਟਰੈਕਟਰਾਂ ਦਾ ਆਪਸ ਦੇ ਵਿੱਚ 1% ਦਾ ਵੀ ਕੋਈ ਲੈਣਾ ਦੇਣਾ ਨਹੀਂ। ਕੋਈ ਵੀ ਸੱਜਣ ਮਿੱਤਰ ਜੇ ਉੱਥੇ ਕੋਈ ਤੁਹਾਡਾ ਕੰਮ ਕਰਦਾ ਉਹ ਪ੍ਰੂਵ ਕਰ ਦੇਵੇ ਵੀ ਇਹਨਾਂ ਦੇ ਆਪਸ 'ਚ ਕੋਈ ਸਿਮਿਲੈਰਿਟੀਜ਼ ਹੈਗੀ ਆ, ਇੱਕ ਵੀ ਚੀਜ਼ ਇਹਨਾਂ 'ਚ ਸਾਂਝੀ ਹੋਵੇ ਤਕਨੀਕ ਦੇ ਪੱਖੋਂ ਕਿਸੇ ਵੀ ਪੱਖੋਂ, ਤਾਂ ਮੈਂ ਦੇਣਦਾਰ ਹੋਊਂਗਾ। ਉਹਦੇ 'ਚ ਮੈਂ ਅੱਜ ਇੱਕ ਪੂਰੀ ਲਿਸਟ ਬਣਾਈ ਆ, ਵੀਡੀਓ ਅੱਜ ਥੋੜ੍ਹੀ ਜਿਹੀ ਲੰਬੀ ਹੋ ਜਾਣੀ ਆ, ਧਿਆਨ ਨਾਲ ਸੁਣਿਓ ਇਹਨੂੰ, ਦੇਖ ਲਓ ਮੈਂ ਸਾਰਾ ਕੁਝ ਨੋਟ ਕੀਤਾ। ਪਹਿਲਾਂ ਤੁਹਾਨੂੰ ਮੈਨੂਫੈਕਚਰਿੰਗ ਤੋਂ ਲੈ ਕੇ ਮਾਰਕੀਟਿੰਗ ਤੱਕ ਫਰਕ ਦੱਸਣੇ ਨੇ, ਫਿਰ ਹੁਣ ਤੁਸੀਂ ਫੈਸਲਾ ਕਰ ਲਿਓ। ਜਿਹੜੇ ਤਾਂ ਸਵਰਾਜ ਦੇ ਫੈਨ ਨੇ ਉਹਨਾਂ ਲਈ ਵੀ ਇਹ ਵੀਡੀਓ ਖਾਸ ਹੈ, ਉਹ ਇਹਨੂੰ ਸ਼ੇਅਰ ਕਰਨ, ਖਿੱਚ ਕੇ ਦੱਸਣ ਲੋਕਾਂ ਨੂੰ ਵੀ ਆਹ ਗੱਲ ਹੈ। ਤੁਸੀਂ ਦੱਸਿਓ ਕਿ ਸਵਰਾਜ ਤੇ ਮਹਿੰਦਰਾ 'ਚ ਕੋਈ ਆਪਸੀ ਇੱਕ ਵੀ ਚੀਜ਼ ਕੋਈ ਮਿਲਦੀ ਹੈ? ਲਓ ਜੀ ਕਰੀਏ ਫਿਰ ਸ਼ੁਰੂ ਆਪਾਂ। ਦੇਖੋ ਮਾਲਕ ਇੱਕ ਆ, ਕੋਈ ਸ਼ੱਕ ਨਹੀਂ ਆਨੰਦ ਮਹਿੰਦਰਾ ਉਹਦੇ ਕੋਲ ਹੈ, ਪਰ ਇਹ ਜਿਹੜੇ ਟਰੈਕਟਰ ਨੇ ਅਲੱਗ ਅਲੱਗ ਬਣਾਏ ਜਾਂਦੇ ਨੇ, ਅਲੱਗ ਅਲੱਗ ਇਹਨਾਂ ਦਾ ਕੰਮ ਕਰਨ ਦਾ ਤਰੀਕਾ, ਇਹਨਾਂ ਦਾ ਆਪਸੀ ਕੋਈ ਲੈਣ ਦੇਣ ਨਹੀਂ। ਸਭ ਤੋਂ ਬੜੀ ਗੱਲ, ਜਿਹੜੇ ਸਵਰਾਜ ਦੇ ਇੰਜੀਨੀਅਰ ਨੇ ਤੇ ਮਹਿੰਦਰਾ ਐਂਡ ਮਹਿੰਦਰਾ ਦੇ ਇੰਜੀਨੀਅਰ ਨੇ, ਇਹਨਾਂ ਦਾ ਆਪਸ ਦੇ ਵਿੱਚ ਕੋਈ ਤਾਲਮੇਲ ਨਹੀਂ, ਕੋਈ ਤਕਨੀਕ ਨਹੀਂ ਸਾਂਝੀ ਕੀਤੀ ਜਾਂਦੀ, ਕੋਈ ਡੇਟਾ ਨਹੀਂ ਸਾਂਝਾ ਕੀਤਾ ਜਾਂਦਾ, ਕੋਈ ਆਪਸੀ ਇਹਨਾਂ ਦਾ ਲਿੰਕ ਨਹੀਂ ਲੈਣ ਨਹੀਂ ਦੇਣ ਨਹੀਂ। ਸਵਰਾਜ ਡਿਵੀਜ਼ਨ ਅਲੱਗ ਆ, ਮਹਿੰਦਰਾ ਟਰੈਕਟਰ ਅਲੱਗ ਬਣਦਾ। ਈਵਨ ਕਿ ਸਭ ਤੋਂ ਬੜੀ ਜਿਹੜੀ ਗੱਲ ਆ, ਜਿਹੜੀਆਂ ਦੋਨੇ ਕੰਪਨੀਆਂ ਨੇ ਇੱਕ ਦੂਜੇ ਤੋਂ ਇੰਨਾ ਸਖ਼ਤ ਪਰਦਾ ਰੱਖਿਆ ਜਾਂਦਾ ਤਕਨੀਕ ਦਾ, ਉਹ ਉਹਨੂੰ ਨਹੀਂ ਕੋਈ ਗੱਲ ਦੱਸਦਾ ਤੇ ਉਹ ਉਹਨੂੰ ਨਹੀਂ ਕੋਈ ਗੱਲ ਦੱਸਦਾ। ਇਹ ਤੁਸੀਂ ਜਿਹੜਾ ਕੋਈ ਵਿੱਚ ਸੱਜਣ ਕੰਮ ਕਰਦਾ ਤੁਹਾਡਾ ਜਾਣੂ ਉਹਨੂੰ ਪੁੱਛ ਲਿਓ। ਇਹਦੇ 'ਚ ਬੜਾ ਕਾਰਨ ਇਹ ਵੀ ਆ ਵੀ ਜੇ ਟਰੈਕਟਰ ਇੱਕ ਨੇ, ਜੇ ਤੁਸੀਂ ਕਹੀ ਜਾਂਦੇ ਹੋ ਕਾਪੀ ਨੇ, ਫਿਰ ਪਲਾਂਟ ਅਲੱਗ ਅਲੱਗ ਲਾਉਣ ਦੀ ਕੀ ਲੋੜ ਸੀ, ਇੰਨਾ ਖਰਚਾ ਕਰਨ ਦੀ ਕੀ ਲੋੜ ਸੀ, ਚੱਕ ਕੇ ਕੰਪਨੀ ਲੈ ਜਾਂਦੇ। ਅਗਲਾ ਇਹਦਾ ਕਾਰਨ ਇਹ ਵੀ ਆ, ਦੋ ਜੇ ਮੰਨ ਕੇ ਚੱਲੋ ਦੋ ਕੰਪਨੀਆਂ ਦੇ ਉਦਾਹਰਨ ਦੇ ਤੌਰ 'ਤੇ, ਇੱਕ ਮਹਿੰਦਰਾ ਹੋਊਗੀ ਇੱਕ ਸਵਰਾਜ ਹੋਊਗੀ, ਜੇ ਇਹਨਾਂ ਦਾ ਕੰਸੈਪਟ ਇੱਕ ਹੈ, ਜੇ ਚੀਜ਼ ਇੱਕ ਹੈ, ਤਾਂ ਇਹਨਾਂ ਦਾ ਅਲੱਗ ਅਲੱਗ ਲਾਉਣ ਦਾ ਮਤਲਬ ਕੀ ਰਹਿ ਗਿਆ? ਜੇ ਚੀਜ਼ ਇੱਕ ਹੈ ਫਿਰ ਤਾਂ ਡੀਲਰਸ਼ਿਪ ਵੀ ਇੱਕ ਹੋ ਜਾਵੇ, ਇੱਕੇ ਥਾਂ 'ਤੇ ਵੇਚੀ ਜਾਣ। ਫਿਰ ਜੇ ਕੰਸੈਪਟ ਇੱਕ ਹੈ, ਮਸਲਨ ਕਿ ਇਹਦੇ 'ਚ ਖੂਬੀਆਂ ਹੀ ਇੱਕ ਨੇ ਸਾਰੀਆਂ, ਫਿਰ ਦੋ ਤਰ੍ਹਾਂ ਦੇ ਟਰੈਕਟਰ ਬਣਾਉਣ ਦੀ ਜ਼ਰੂਰਤ ਕੀ ਹੈ? ਅਗਲੀ ਗੱਲ ਆ ਗਈ, ਇਹ ਜਿਹੜੀ ਤਕਨੀਕ ਹੈ ਇਹ ਅਲੱਗ ਅਲੱਗ ਪੜਦਾ ਕਿਉਂ ਰੱਖਿਆ ਜਾਂਦਾ, ਇਹ ਮੈਂ ਤੁਹਾਨੂੰ ਦੱਸ ਦਿੰਦਾ। ਜੇ ਇਹ ਸਾਰਾ ਕੁਛ ਸਾਂਝਾ ਹੋ ਜਾਊਗਾ, ਜਿਹੜੀ ਗਰੋਥ ਆ ਦੋਨੇ ਟਰੈਕਟਰਾਂ ਦੀ ਰੁਕ ਜੂਗੀ, ਇੰਜੀਨੀਅਰਾਂ ਨੇ ਡੱਕਾ ਨਹੀਂ ਤੋੜਨਾ, ਇੱਕ ਦੂਜੇ ਨੂੰ ਫੋਨ ਲਾਉਣਗੇ, ਇੱਕ ਦੂਜੇ ਨਾਲ ਤਕਨੀਕ ਸਾਂਝੀ ਕਰੀ ਜਾਣਗੇ, ਦੋ ਇਹ ਚੀਜ਼ਾਂ ਇੱਕ ਦੋ ਇੱਕੇ ਚੀਜ਼ ਦੋ ਟਰੈਕਟਰਾਂ 'ਚ ਮਿਕਸ ਹੋ ਜੂਗੀ, ਲੋਕਾਂ ਨੂੰ ਕਨਫਿਊਜ਼ਨ ਹੋ ਜਾਣਾ ਵੀ ਉਹ ਲਈਏ ਕਿ ਉਹ ਲਈਏ। ਇਹਦੀ ਮਹਿੰਦਰਾ ਐਂਡ ਮਹਿੰਦਰਾ ਦੀ ਬਹੁਤ ਵੱਡੀ ਪਾਲਿਸੀ ਆ ਕਿ ਸਵਰਾਜ ਨੂੰ ਬਿਲਕੁਲ ਇੱਕ ਅਲੱਗ ਕੰਪਨੀ ਵਾਂਗ, ਇੱਕ ਅਲੱਗ ਓਨਰ ਵਾਂਗ ਚਲਾਇਆ ਜਾਵੇ। ਹੁਣ ਆ ਗਈ ਸਭ ਤੋਂ ਮੇਨ ਗੱਲ ਜਿਹੜੀ ਤੁਸੀਂ ਨੋਟ ਕਰਨੀ ਆ। ਮੰਨ ਕੇ ਚੱਲੋ ਤੁਸੀਂ ਕਹਿ ਦਿੰਦੇ ਹੋ ਵੀ ਜੇ ਇਹ ਟਰੈਕਟਰ ਇੱਕ ਹੈ, ਇਹ ਮਹਿੰਦਰਾ ਦੀ ਕਾਪੀ ਹੈ, ਅਰਜੁਨ ਨੋਵੋ ਦੀ ਇਹਨੂੰ ਕਾਪੀ ਕਿਹਾ ਜਾਂਦਾ, ਅਰਜੁਨ ਨੋਵੋ 2014-15 'ਚ ਮੰਨ ਲਓ ਆ ਗਿਆ ਸੀ, ਜੇ 2014-15 'ਚ ਅਰਜੁਨ ਆ ਗਿਆ ਸੀ ਤਾਂ ਫਿਰ ਸੇਮ ਉਹਦੀ ਕਾਪੀ ਕਰਕੇ 2014-15 'ਚ 963 ਕਿਉਂ ਨਹੀਂ ਲਾਂਚ ਕਰਤਾ ਸੇਮ ਉਹੀ ਹਿੱਸਾ ਲਾ ਕੇ? ਇਹ ਇੱਕ ਵੱਡਾ ਸਵਾਲ ਹੈ ਵੀ ਇੰਨਾ ਚਿਰ ਇਹਨਾਂ ਨੂੰ ਵੇਟ ਕਰਨ ਦੀ ਕੀ ਲੋੜ ਸੀ? ਇਹ ਉਦੋਂ ਹੀ ਉਹਦਾ ਹਿੱਸਾ ਚੱਕ ਕੇ ਕਾਪੀ ਕਰਕੇ ਦੂਜੇ ਦਿਨ 963 ਲਾਂਚ ਕਰਨ, ਤੇ 963 ਲਾਂਚ ਹੋਇਆ ਕਿਤੇ ਜਾ ਕੇ 18 ਦੇ ਵਿੱਚ। ਬਾਕੀ ਸਭ ਤੋਂ ਅਗਲੀ ਗੱਲ ਤੁਹਾਨੂੰ ਮੈਂ ਹੋਰ ਦੱਸ ਦਿੰਦਾ ਜਿਹੜੀ ਹੈਰਾਨੀ ਵਾਲੀ ਆ, ਮਹਿੰਦਰਾ 'ਚ ਚੇਂਜਰ ਗੇਅਰ ਆਉਂਦਾ ਅੱਗੇ ਪਿੱਛੇ ਨੂੰ, ਉਨੀਆਂ ਸਪੀਡ ਅੱਗੇ ਨੂੰ ਜਿਹਨੂੰ ਮੈਟ ਕਹਿੰਦੇ ਨੇ,
ਚੇਂਜਰ ਗੇਅਰ ਸਵਰਾਜ ਚਲਾ ਕੇ ਕਿਉਂ ਨਹੀਂ ਪੈਸੇ ਵੱਟਦੇ, ਕਿਉਂ ਨਹੀਂ ਵੇਚਦੇ ਸਵਰਾਜ ਨੂੰ, ਇਹਦੇ ਚੇਂਜਰ ਗੇਅਰ ਲਾਉਣ, ਸਵਰਾਜ ਵੀ ਧੜੱਲੇ ਨਾਲ ਵਿਕਣ ਲੱਗ ਜਾਵੇ। ਦੇਖੋ ਇਹ ਗੱਲ ਪੂਰਨ ਤੌਰ ਤੇ ਕਲੀਅਰ ਆ, ਸਵਰਾਜ ਤਰੱਕੀ ਕਰੂਗਾ ਆਪਣੇ ਬੇਸ ਤੇ ਕਰੂਗਾ, ਮਹਿੰਦਰਾ ਕਰੂਗਾ ਆਪਣੇ ਬੇਸ ਤੇ ਕਰੂਗਾ। ਅਗਲੀ ਗੱਲ ਮਹਿੰਦਰਾ ਐਂਡ ਮਹਿੰਦਰਾ, ਤੁਸੀਂ ਆਨਲਾਈਨ ਸਰਚ ਕਰਕੇ ਦੇਖ ਲਓ, ਅਮੈਰੀਕਾ ਚ ਤੀਜਾ ਲਾਰਜੈਸਟ ਸੈਲਿੰਗ ਟਰੈਕਟਰ, ਤੀਜਾ ਸਭ ਤੋਂ ਵੱਧ ਵਿਕਣ ਵਾਲਾ ਟਰੈਕਟਰ, ਫਿਰ ਸਵਰਾਜ ਕਦੇ ਨਹੀਂ ਜਾਂਦਾ ਅਮੈਰੀਕਾ ਚ। ਜਿਹੜੇ ਉਹ ਟਰੈਕਟਰ ਨੇ ਮਹਿੰਦਰਾ ਦੇ, ਉਹ ਇੰਨੇ ਸੋਹਣੇ ਤੇ ਹਾਈ ਟੈਕ ਨੇ, ਇੰਨੇ ਸੋਹਣੇ ਬਣਾਏ ਹੋਏ ਨੇ ਬਾਹਰਲੇ ਸਟੈਂਡਰਡ ਦੇ ਮੁਤਾਬਕ, ਫਿਰ ਉਸੇ ਸਟੈਂਡਰਡ ਦੇ ਮੁਤਾਬਕ ਸਵਰਾਜ ਨੂੰ ਬਣਾ ਕੇ ਕਿਉਂ ਨਹੀਂ ਧੜੱਲੇ ਨਾਲ ਵੇਚਿਆ ਜਾਂਦਾ? ਸਵਰਾਜ ਨੂੰ ਵੀ ਤਾਂ ਕੰਪਨੀ ਉਨੀ ਧੜੱਲੇ ਨਾਲ ਆਰਾਮ ਨਾਲ ਵੇਚ ਸਕਦੀ ਆ, ਸਮਾਂ ਵੱਧ ਵਿਕੂਗਾ, ਪਰ ਨਹੀਂ, ਸਵਰਾਜ ਇੱਕ ਅੱਡ ਕਨਸੈਪਟ ਆ। ਸਵਰਾਜ ਜਿੰਨੀ ਕੁ ਤਰੱਕੀ ਕਰੂਗਾ, ਜਿੰਨੇ ਇਹਦੇ ਬੰਦੇ ਜਿਹੜੇ ਇੰਜੀਨੀਅਰ ਨੇ ਜਾਂ ਕੋਈ ਕੰਮ ਕਰਨ ਵਾਲੇ ਨੇ, ਉਹ ਤਰੱਕੀ ਕਰਨਗੇ, ਉਹਦੇ ਹਿਸਾਬ ਤੇ ਸਵਰਾਜ ਉੱਪਰ ਆਊਗਾ। ਮਹਿੰਦਰਾ ਚਾਹੇ ਅਸਮਾਨ ਤੇ ਪਹੁੰਚ ਜਾਵੇ, ਸਵਰਾਜ ਨਾਲ ਉਹਦਾ ਕਦੇ ਵੀ ਕੋਈ ਲੈਣਾ ਦੇਣਾ ਨਹੀਂ ਰਹੂਗਾ। ਅਗਲੀ ਗੱਲ ਤੁਹਾਨੂੰ ਹੋਰ ਇੱਕ ਵੱਡੀ ਗੱਲ ਦੱਸਦਾ, ਜਦੋਂ ਇਹ ਆਨੰਦ ਮਹਿੰਦਰਾ ਨੇ ਖਰੀਦੀ ਹੈ 2007 'ਚ, ਇਹਨਾਂ ਨੇ ਮਾਰਕਾ ਸਾਰਾ ਹੀ ਮਹਿੰਦਰਾ ਦਾ ਲਾਉਣਾ ਸ਼ੁਰੂ ਕਰਤਾ। ਜਿਹੜੇ ਵਰਕਰ ਸੀ ਉਹ ਨਾਰਾਜ਼ ਹੋਏ, ਇਹ ਸੱਚੀ ਗੱਲ ਆ, ਤੁਸੀਂ ਕਿਸੇ ਵੀ ਬੰਦੇ ਨੂੰ ਪੁੱਛ ਸਕਦੇ ਹੋ, ਕਹਿੰਦੇ ਵੀ ਜੇ ਤੁਸੀਂ ਸਾਰੇ ਤੇ ਮਹਿੰਦਰਾ ਲਿਖਣਾ, ਜਿਵੇਂ ਉਹ XM ਵਗੈਰਾ ਜੇ ਬਣਨ ਲੱਗੇ ਸੀ, ਅਸੀਂ ਕੰਮ ਨਹੀਂ ਕਰਨਾ। ਫਿਰ ਉਹਨਾਂ ਨੇ 2009 'ਚ ਦੁਬਾਰੇ ਸਵਰਾਜ ਡਿਵੀਜ਼ਨ ਅਲੱਗ ਬਣਾ ਕੇ ਉਹਨਾਂ ਨਾਲ ਕਮਿਟਮੈਂਟ ਕੀਤੀ ਕਿ ਸਾਡਾ ਬਿਜ਼ਨਸ ਲਾਇਸੈਂਸ ਇੱਕ ਆ, ਅਸੀਂ ਮੇਨ ਪਲੇਂਟ M&M ਦੀ ਲਾਵਾਂਗੇ, ਬਾਕੀ ਸਾਰਾ ਤੁਹਾਡਾ ਮਾਣ ਸਨਮਾਨ ਰੱਖਿਆ ਜਾਊਗਾ, ਸਵਰਾਜ ਤੇ ਸਾਰੀਆਂ ਸਵਰਾਜ ਦੀਆਂ ਸਟੈਂਪਸ ਹੋਣਗੀਆਂ। ਤੇ ਸਵਰਾਜ ਆਪਣੇ ਉਹੀ ਤਰੀਕੇਕਾਰ ਨਾਲ ਚੱਲੂਗਾ। ਸੋ ਇਹ ਤਾਂ ਹੋ ਗਈ ਜੀ ਸਾਰੀ ਮੈਨੂਫੈਕਚਰਿੰਗ ਦੀ ਗੱਲ, ਪਲਾਂਟ ਦੀ, ਕੰਪਨੀ ਦੀ, ਤੁਹਾਨੂੰ ਸਾਰਾ ਕੁਝ ਸਮਝਾਤਾ। ਮੇਰਾ ਖਿਆਲ ਹੈ ਵੀ ਹੁਣ ਤਾਂ ਤਸੱਲੀ ਹੋ ਗਈ ਹੋਣੀ ਹੈ। ਇਹ ਤੋਂ ਅੱਗੇ ਆ ਕੇ ਆਪਾਂ ਮਾਰਕੀਟ ਤੇ ਆ ਜਾਓ ਜੀ। ਮਾਰਕੀਟ ਦੇ ਵਿੱਚ ਕੀ ਹੈ, ਜਿਹੜਾ ਸਵਰਾਜ ਟਰੈਕਟਰ ਹੈ, ਮੰਨ ਲਓ ਅੱਜ ਆਪਾਂ 855 ਜਾਂ 963 ਲੈ ਲੈਂਦੇ ਹਾਂ, ਕੋਈ ਵੀ 855 ਲਾ ਲਓ ਉਦਾਹਰਨ ਦੇ ਤੌਰ 'ਤੇ, 7 ਦਿਨ ਬਾਅਦ ਤੁਸੀਂ 855 ਨੂੰ ਵੇਚਣ ਲੱਗ ਜਾਓ, 50,000 ਰੁਪਇਆ ਘਾਟਾ ਪਊਗਾ। ਉੱਥੇ ਤੁਸੀਂ ਅਰਜਨ ਲੈ ਕੇ ਵੇਚਣ ਲੱਗ ਜਾਓ, 1,00,000 ਰੁਪਇਆ ਘਾਟਾ ਪਊਗਾ। ਫਿਰ ਸਵਰਾਜ ਤੇ ਮਹਿੰਦਰਾ ਇੱਕ ਚੀਜ਼ ਕਿਵੇਂ ਹੋ ਸਕਦੇ ਨੇ ਤੁਸੀਂ ਮੈਨੂੰ ਦੱਸੋ, ਕਿਉਂ ਕੰਪਨੀ ਨੇ ਦੋਨਾਂ ਦੀ ਡੀਲਰਸ਼ਿਪ ਅਲੱਗ ਰੱਖੀ ਹੋਈ ਆ? ਸਵਰਾਜ ਦੀ ਡੀਲਰਸ਼ਿਪ ਅਲੱਗ ਆ, ਮਹਿੰਦਰਾ ਦੀ ਡੀਲਰਸ਼ਿਪ ਅਲੱਗ ਆ। ਫਿਰ ਜੇ ਕੰਪਨੀਆਂ ਇੱਕੋ ਨੇ, ਇੱਕ ਦੂਜੇ ਦੇ ਖਿਲਾਫ ਠੋਕ ਕੇ ਡੈਮੋ ਕਿਉਂ ਦਿੰਦੇ ਨੇ? ਜਦੋਂ ਮੀਟਿੰਗਾਂ ਹੁੰਦੀਆਂ ਨੇ ਮਾਰਕੀਟਿੰਗ ਦੀਆਂ, ਇੱਕ ਦੂਜੇ ਨੂੰ ਭੰਡਿਆ ਕਿਉਂ ਜਾਂਦਾ? ਈਵਨ ਕਿ ਜਿਹੜੇ ਮਹਿੰਦਰਾ 'ਚ ਕੰਮ ਕੀਤੇ ਹੋਏ ਮੈਨੇਜਮੈਂਟ ਦੇ ਲੋਕ ਨੇ, ਸੇਲ ਟੀਮ ਆ ਜਾਂ ਕੋਈ ਵੀ ਉੱਥੋਂ ਕੋਈ ਅਫਸਰ ਆਇਆ, ਉੱਥੋਂ ਉਹਨੂੰ ਸਵਰਾਜ 'ਚ ਨਹੀਂ ਲਿਆ ਜਾਂਦਾ, ਸਵਰਾਜ ਵਾਲੇ ਨੂੰ ਮਹਿੰਦਰਾ 'ਚ ਨਹੀਂ ਲਿਆ ਜਾਂਦਾ, ਤਾਂ ਕਿ ਇੱਕ ਦੂਜੇ ਦਾ ਪੱਖ ਨਾ ਲੈ ਸਕਣ। ਅਗਲੀ ਗੱਲ ਹੈ, ਫਿਰ ਕੰਪੀਟੀਸ਼ਨ ਕਿਉਂ ਲੜਦੇ ਨੇ? ਮੰਨ ਕੇ ਚੱਲੋ ਇੰਨਾ ਮਾਰਕੀਟ ਦਾ ਕੰਪੀਟੀਸ਼ਨ ਕਿਉਂ ਹੈ? ਕੰਪਨੀ ਇੱਕ ਦੂਜੇ ਨੂੰ ਕਿਉਂ ਕਹਿੰਦੀ ਆ ਵੀ ਤੁਸੀਂ, ਤੁਹਾਡਾ ਇੱਕ ਦੂਜੇ ਨਾਲ ਕੋਈ ਲੈਣਾ ਨਹੀਂ, ਤੁਸੀਂ ਠੋਕ ਕੇ ਵੇਚੋ? ਅੱਛਾ, ਦੋਨਾਂ ਦੀ ਤੁਸੀਂ ਫਿਰ ਗਰੰਟੀ ਵਰੰਟੀ ਤੇ ਆ ਜਾਓ, ਫਿਰ ਮਹਿੰਦਰਾ ਦੀ ਗਰੰਟੀ ਵਰੰਟੀ ਅਲੱਗ ਕਿਉਂ ਆ, ਸਵਰਾਜ ਦੀ ਗਰੰਟੀ ਵਰੰਟੀ ਅਲੱਗ ਕਿਉਂ ਆ? ਅਗਲੀ ਗੱਲ ਫਿਰ ਆ ਜਾਓ ਰੇਟ 'ਚ ਆ ਜਾਓ, ਆਪਾਂ ਰੇਟ ਦੇਖ ਲਓ, ਸੇਮ HP 'ਚ ਜੇ 50 HP ਦਾ ਟਰੈਕਟਰ ਆ ਸਵਰਾਜ ਦਾ, ਉਹਦਾ ਹੋਰ ਰੇਟ ਆ, ਮਹਿੰਦਰਾ ਦਾ ਉਹਦਾ ਹੋਰ ਰੇਟ ਆ, ਇਹ ਫਰਕ ਆ ਗਿਆ। ਸਵਰਾਜ ਦਾ ਉਦਾਹਰਨ ਦੇ ਤੌਰ ਤੇ ਮੰਨ ਕੇ ਚੱਲੋ, ਜਦ ਆਪਾਂ ਸਵਰਾਜ ਦਾ ਕੋਈ ਬੈਠਾ ਸੇਲਜ਼ਮੈਨ ਅੰਦਰ, ਜਾਂ ਤਾਂ ਸਵਾਦ ਦੀ ਗੱਲ ਤਾਂ ਐ ਵੀ ਮਹਿੰਦਰਾ ਵਾਲਾ ਦੇਖ ਕੇ ਮੁੜ ਜਾਂਦਾ ਵੀ ਮੇਰਾ ਹੀ ਭਰਾ ਬੈਠਾ, ਕੋਈ ਨੀ ਉਹ ਦੇ ਲੈਣ ਦੋ, ਮਹਿੰਦਰਾ ਵਾਲਾ ਵੀ ਬਰਾਬਰ ਜਾ ਕੇ ਬਾਈ ਜੀ ਕਹਿੰਦਾ ਵੀ ਇੱਥੇ ਟਰੈਕਟਰ ਸਵਰਾਜ ਨਹੀਂ ਮੇਰਾ ਆਉਣਾ ਚਾਹੀਦਾ। ਇੱਥੋਂ ਕਲੀਅਰ ਹੁੰਦਾ ਕਿ ਇਹਨਾਂ ਦਾ ਲੈਣ ਆਪਸੀ ਕੋਈ ਵੀ ਜਿਹੜਾ ਲੈਣ ਦੇਣ ਹੈ ਨਹੀਂ ਗਾ। ਸਵਰਾਜ ਟਰੈਕਟਰ ਇਹੋ ਜਿਹਾ ਚੀਜ਼ ਆ, ਬੰਦੇ ਦੀ ਗਰਜ ਸਾਰਦਾ। ਅੱਜ ਤੁਸੀਂ ਲਿਆ ਹੋਇਆ ਕਿਸੇ ਕੋਲ 18 ਮਾਡਲ ਟਰੈਕਟਰ ਆ, ਹਾਕ ਮਾਰ ਦਿਓ, ਸਵੇਰੇ ਫੋਨ ਮਾਰਿਓ, ਸ਼ਾਮ ਨੂੰ 5 ਵਜੇ ਨੂੰ ਵਿਕਿਆ ਵਾ ਹੋਊਗਾ, ਤੁਹਾਡੀ ਜੇਬ 'ਚ ਪੈਸੇ ਹੋਣਗੇ, ਜ਼ਿਮੀਂਦਾਰ ਨੂੰ ਕੋਈ ਲੋੜ ਪੈ ਗਈ ਉਹਦਾ ਕੰਮ ਸਾਰੂਗਾ, ਮਹਿੰਦਰਾ ਸਾਰਦਾ। ਇਹ ਸੀ ਜੀ, ਉਹ ਦੇਖੋ ਹੋ ਗਏ ਸਾਰੇ ਮੈਨੂਫੈਕਚਰਿੰਗ ਦੇ ਫਰਕ, ਇਹ ਅੱਗੇ ਜੀ ਆ ਗਏ ਮਾਰਕੀਟ ਦੇ ਫਰਕ। ਮੇਰਾ ਖਿਆਲ ਹੈ ਵੀ ਹੁਣ ਸਾਰੇ ਜਿੰਨੇ ਸੱਜਣ ਮਿੱਤਰ ਨੇ, ਜਿੰਨੇ ਵਿਊਜ਼ ਨੇ ਮੇਰੇ, ਉਹਨਾਂ ਨੂੰ ਇਹ ਸਮਝ ਆ ਗਈ ਹੋਊਗੀ ਤੇ ਵੀ ਇਹਨਾਂ 'ਚ ਕੀ ਫਰਕ ਆ। ਜੇ ਇਹਨਾਂ ਦੇ ਵਿੱਚ ਕੋਈ ਫਰਕ ਹੀ ਨਹੀਂ, ਤਾਂ ਕੰਪਨੀ ਨੂੰ ਇੰਨੇ ਪੰਗੇ ਕਰਨ ਦੀ ਜਿਹੜੀ ਆ ਉਹ ਲੋੜ ਕੀ ਹੈ? ਜਿਵੇਂ ਹੁਣ ਹਿੱਸੇ ਨੂੰ ਕਹੀ ਜਾਂਦੇ ਆਪਾਂ, ਇਹਦੇ ਆਹ ਹਿੱਸਾ ਜੀ, ਉਹਦੇ ਉਹ ਹਿੱਸਾ ਲਾਇਆ ਹੋਇਆ, ਕਾਪੀ ਆ ਯਾਰ, ਜੇ ਕਾਪੀ ਕਰਨੀ ਹੋਵੇ ਸਵਰਾਜ ਡਿਵੀਜ਼ਨ ਨੇ, ਫਿਰ ਜਿਹੜਾ ਐਕਸਪੋਰਟ ਮਾਡਲ ਆ ਮਹਿੰਦਰਾ ਦਾ ਉਹਦੀ ਕਰੇ, ਜਿਹੜਾ ਅਮੈਰੀਕਾ ਜਾਂਦਾ ਉਹ ਇੰਨਾ ਹਾਈਟੈਕ ਟਰੈਕਟਰ ਆ, ਮੈਂ ਤੁਹਾਨੂੰ ਇਹ ਵੀ ਦੱਸਦਾ ਸਵਰਾਜ ਉਹਦੀ ਰੀਸ ਹੀ ਨਹੀਂ ਕਰ ਸਕਦਾ, ਮੈਂ ਵੀ ਤੁਹਾਨੂੰ ਦੱਸਦਾ ਜਿਹੜਾ ਐਕਸਪੋਰਟ ਮਾਡਲ ਆ ਉਹ ਉਰੇ ਦਿੰਦੇ ਹੀ ਨਹੀਂ, ਉਹ ਇੰਨਾ ਸੋਹਣਾ ਇਹਨਾਂ ਨੇ ਟਰੈਕਟਰ ਬਣਾਇਆ ਹੋਇਆ, ਉਹ 'ਚ ਇੰਨੇ ਫੀਚਰਸ ਨੇ, ਉਹਦੀ ਇੰਨੀ ਲੌਂਗ ਲਾਈਫ ਟਰੈਕਟਰ ਹੈ ਉਹ, ਜਿਹੜਾ ਅਮੈਰੀਕਾ ਉੱਥੇ ਦੇ ਸਟੈਂਡਰਡ ਨਾਲ ਉੱਥੇ ਚੱਲ ਰਿਹਾ, ਕਿਉਂ ਨਹੀਂ ਉਹਦੀ ਕਾਪੀ ਕਰਕੇ ਸਵਰਾਜ ਦੇ ਨੂੰ 3 ਸਪੀਡ ਕਰ ਦਿੰਦੇ? ਇਹ ਤਾਂ ਇੱਥੇ 2 ਸਾਲ 1.5 ਸਾਲ ਫਿਰ ਹੋ ਗਿਆ, 855 ਦੀ 3 ਸਪੀਡ ਦੀ ਟੈਸਟਿੰਗ ਚੱਲ ਰਹੀ ਆ, ਹਾਲੇ ਤੱਕ ਆ ਕਰੋਨਾ ਆ ਗਿਆ,
हले तक ट्रैक्टर नहीं पेश कर सके, 969 की चल रही है वह ट्रैक्टर अज तक पेश नहीं कर रहे। जे कापी करनी होंगी पर इन्ना उत्थे पंगे करन दी टटवायर करन दी कड़ी लोड़ है, ला के महिंद्रा का गेयर नाले लाउंदे चेंजर आराम नाल ट्रैक्टर कढ दिंदे। सो जे हले भी मेरा वीर किसी शक शुप है वो बारे च मैं कुछ नहीं कह सकता। सो ये स्वराज के फैना वास्ते वीडियो भी वीडियो आ, जेडे दूजे बंदे किंतु परंतु करते हैं उन्होंने वास्ते वीडियो वा। स्वराज के फैना बेनती है कि वह वीडियो खिच के शेयर करना ते तां के लोगों नूं पता लग सके। स्वराज के जेडे फैन ने उन्होंने दिलों अपना सलाम है, तो उन्होंने माण सम्मान वास्ते भी उन्होंने कोई जेडे निंदा करते हैं उन्होंने वास्ते वीडियो बनाई भी आ। मेरा वीर वीडियो इन्ना खिच दो रेला बन दो पता लग जाए कले कले, ठीक है जी। सो यह जी महिंद्रा एंड महिंद्रा ते स्वराज डिवीजन है जी, फर्क इतों यह सिद्ध हो गया कि इन्ह का आपसी एक पैसे का भी लेना देना नहीं, सिर्फ मालिक एक आ पर अलग अलग चीज़ा ने। सो यह जी अज की वीडियो, बहुता कुछ ना कहता हो, थोड़ा खिमा का जाचक है। बहुत बहुत धन्यवाद, रब रखा।